ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡਾ ਕੁਸ਼ਚਨ ਹੈਗਾ, ਸੋਲਵ ਦੀ ਫੋਲੋਇੰਗ ਇਕੁਏਸ਼ਨ। ਇਕੁਏਸ਼ਨ ਗਿਵਨ ਹੈ 0 ਇਜ਼ ਇਕੁਅਲ ਟੂ 16 ਪਲੱਸ 4 ਇਨਟੂ ਐਮ ਮਾਈਨਸ 6। ਠੀਕ ਹੈ ਜੀ, ਇਕੁਏਸ਼ਨ ਗਿਵਨ ਹੈ 0 ਇਜ਼ ਇਕੁਅਲ ਟੂ 16 ਪਲੱਸ 4 ਐਮ ਮਾਈਨਸ 6। ਠੀਕ ਹੈ ਜੀ, ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, 16 ਰਿਮੂਵ ਕਰਨਾ ਹੈ ਤੇ ਸਬਟ੍ਰੈਕਟਿੰਗ 16 ਫਰੋਮ ਬੋਥ ਸਾਈਡਸ। ਸਬਟ੍ਰੈਕਟਿੰਗ 16 ਫਰੋਮ ਬੋਥ sides। ठीक है जी, किया गया 0 minus 16 is equal to 16 plus 4 into m minus 6 plus sorry minus 16 m minus 16। ठीक है जी, 16 ना कैंसिल हो गया, किया गया minus 16 is equal to 4 into m minus 6। ठीक है, नेक्स्ट अब ये 4 रिमूव करना है तो की करेंगे, डिवाइडिंग बोथ साइड बाय 4। ठीक है जी, डिवाइडिंग both sides by 4। ठीक है जी, की आ जाएगा minus 16 upon 4 is equal to 4 into m minus 6 over 4। ये cancel out हो गया, 4 4 जा 16। ठीक है जी, ये minus 4 है साड़ा, की आ गया minus 4 is equal to m minus 6। ठीक है जी, हम minus 6 remove कर रहा थे, की करांगे adding 6 on both sides। ਓਪੋਜ਼ਿਟ ਸਾਈਨ ਹੀ ਕਰਦੇ ਆ ਨਾ ਜੀ, ਐਡਿੰਗ 6 ਔਨ ਬੋਥ ਸਾਈਡਸ। ਠੀਕ ਹੈ ਜੀ, ਕੀ ਆ ਗਿਆ ਮਾਈਨਸ 4 ਪਲੱਸ 6 ਇਜ਼ ਇਕੁਅਲ ਟੂ ਐਮ ਮਾਈਨਸ 6 ਪਲੱਸ 6, ਇਹ ਕੈਂਸਲ ਆਊਟ ਹੋ ਗਿਆ ਤੇ ਕਿੰਨਾ ਬਚਾ 2 ਇਜ਼ ਇਕੁਅਲ ਟੂ ਐਮ। ਸਾਡੇ ਕੋਲ ਸੋਲੂਸ਼ਨ ਆ ਗਿਆ, ਐਮ ਇਜ਼ ਇਕੁਅਲ ਟੂ 2, ਐਮ ਦੀ ਵੈਲਿਊ ਆ ਗਈ, ਸਾਡਾ ਇਕੁਏਸ਼ਨ ਦਾ ਸੋਲੂਸ਼ਨ। ਠੀਕ ਹੈ ਜੀ, ਧੰਨਵਾਦ।